ਕਈ ਬੱਸਾਂ ਜਿਹੜੀਆਂ ਆ ਸਾਡੇ ਅੰਮ੍ਰਿਤਸਰ ਜਲੰਧਰ ਰਿਸਟਰ ਸਨ ਉਹਨਾਂ ਨੂੰ ਗਲਤ ਤਰੀਕੇ ਨਾਲ ਇੱਥੇ ਲਿਆ ਕੇ ਆਟੀਏ ਫਰੀਦਕੋਟ ਕੋਲ ਉੱਥੇ ਇਹ ਜਾਦਾ ਕੰਮ ਹੋਇਆ 2007 ਤੋਂ ਲੈ ਕੇ 2017 ਤੱਕ ਜਦੋਂ ਅਕਾਲੀ ਦਲ ਦੀ ਗਵਰਨਮੈਂਟ ਰਹੀ ਤੁਹਾਨੂੰ ਪਤਾ ਹੀ ਹੈ ਡੱਬ ਵਾਲੀ ਆਰਬਿਟ ਇਹ ਕਿੰਨਾਂ ਦੀਆਂ ਟਰਾਂਸਪੋਰਟਾਂ ਆ ਰਾਜਗੁਰੂ ਇਹ ਟਰਾਂਸਪੋਰਟਾਂ ਜਿਹੜੇ ਪਹਿਲੇ ਸਮੇਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਰਹੇ ਆ ਇਹਨਾਂ ਦੀ ਸਤਾਰੀ ਆ ਸੁਖਵੀਰ ਸਿੰਘ ਬਾਦਲ ਹੋਰਾਂ ਦੀਆਂ ਜਾਂ ਉਹਨਾਂ ਦੇ ਨਜ਼ਦੀਕੀਆਂ ਦੀ ਕਿੰਨੀਆਂ ਬੱਸਾਂ ਸੀਗੀਆਂ ਜਿਨ੍ਹਾਂ ਦੇ ਪਰਮਿਟ ਰੱਦ ਕੀਤੇ ਗਏ ਔਰ ਕਿਹੜੇ ਰੂਟ ਤੇ ਚਲਦੀਆਂ ਸੀ। ਵੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਜਿੰਨੇ ਰੂਟ ਚਲਦੇ ਆ 30% ਤੋਂ ਵੱਧ ਉਹਨਾਂ ਦੇ ਰੂਟ ਜਿਹੜੇ ਆ ਉਹ ਖਤਮ ਹੋ ਜਾਣੇ ਆ। ਆਪਾਂ 22 ਤੋਂ ਪਿੱਛੇ ਨੂੰ ਵੇਖ ਲਈਏ ਜਦੋਂ ਕਾਲੀਦਾਲ ਕਾਂਗਰਸ ਦੀ ਗਵਰਨਮੈਂਟ ਹੀ ਰੋਡ ਦੇ ਉੱਤੇ ਸੜਕਾਂ ਦੇ ਉੱਤੇ ਪ੍ਰਾਈਵੇਟ ਘਰਾਣਿਆਂ ਦੀਆਂ ਬੱਸਾਂ ਧੜਾ ਧੜ ਚਲਦੀਆਂ। ਹਰਲ ਹਰਲ ਕਰਦੀਆਂ ਫਿਰਦੀਆਂ। ਸਿਆਸੀ ਬਦਲਾਖੋਰੀ ਦੇ ਤਹਿਤ ਇਸ ਤਰੀਕੇ ਨਾਲ ਕਦੀ ਹੋਟਲ ਨੂੰ ਕਹਿ ਦਿੰਦੇ ਆ ਕਿ ਸੁਖ ਵਿਲਾ ਬੰਦ ਕਰਾਵਾਂਗੇ ਕਦੀ ਟਰਾਂਸਪੋਰਟ ਨੂੰ ਕਹਿ ਦਿੰਦੇ ਆ ਕਿ ਬੱਸਾਂ ਇਲੀਗਲ ਚੱਲ ਰਹੀਆਂ ਬੱਸਾਂ ਤਾਂ ਜਦੋਂ ਸਾਡੀ ਸਰਕਾਰ ਨਹੀਂ ਸੀ ਉਸ ਤੋਂ ਪਹਿਲਾਂ ਤੋਂ ਚੱਲ ਰਹੀਆਂ ਨੇ ਜਾਣਬੁੱਝ ਕੇ ਸਾਨੂੰ ਬਦਨਾਮ ਕਰਦੇ ਆ ਭੁੱਲਰ ਸਾਹਿਬ ਇਹ ਕਿਹੜੀਆਂ ਬੱਸਾਂ ਸਿਗੀਆਂ ਜਿਨ੍ਹਾਂ ਦੇ ਪਰਮਟ ਤੁਹਾਨੂੰ ਰੱਦ ਕਰਨੇ ਪਏ ਨੇ ਔਰ ਕਿਉਂ ਇਹ ਪਰਮਟ ਰੱਦ ਕੀਤੇ ਗਏ ਨੇ ਇਹ ਜਿਹੜੀਆਂ ਬੱਸਾਂ 600 ਦੇ ਕਰੀਬ ਪਰਮਟ ਰੱਦ ਕੀਤੇ ਆ ਇਹ ਪਰਮਟ ਗਲਤ ਤਰੀਕੇ ਨਾਲ ਨਜਾਇਜ਼ ਤਰੀਕੇ ਨਾਲ ਕਲੱਬਿੰਗ ਕਰ ਕਰਕੇ ਚੰਗੇ ਕਮਾਈ ਵਾਲੇ ਰੂਟਾਂ ਤੇ ਇਹ ਪਰਮਟ ਚਲਾਏ ਗਏ ਜਿਵੇਂ ਇੱਕ ਬੱਸ ਚੱਲਦੀ ਆ ਮੰਨ ਲਓ ਫਾਜ਼ਲਕਾ ਤੋਂ ਫਰੋਜਪੁਰ ਤੱਕ ਇੱਕ ਬੱਸ ਚੱਲਦੀ ਆ ਚੰਡੀਗੜ੍ਹ ਤੋਂ ਲੈ ਕੇ ਮੂਗੇ ਤੱਕ ਉਹ ਬੱਸ ਦਾ ਜਿਹੜਾ ਪਰਮਟ ਆ ਉਹ ਦੂਜੀ ਦਾ ਰੂਟ ਵਧਾ ਕੇ ਜਿਹੜੀ ਫਾਜ਼ਲਕਾ ਤੋਂ ਫਰੀਦਕੋਟ ਚੱਲਦੀ ਆ ਉਹਨੂੰ ਮੋਗੇ ਤੱਕ ਕੀਤਾ ਗਿਆ ਕਲੱਬ ਕਰਕੇ 25 30 ਕਿਲੋਮੀਟਰ ਦੇ ਕੇ ਵਾਰ-ਵਾਰ ਇਸ ਤਰ੍ਹਾਂ ਦੋ ਤਿੰਨ ਰਾਂ 25 25 ਕਿਲੋਮੀਟਰ ਕਰਕੇ ਐਕਸਟੈਂਸ਼ਨਾਂ ਦੇ ਕੇ ਫਿਰ ਦੋਵਾਂ ਪਰਮਟਾਂ ਨੂੰ ਕਲੱਬ ਕੀਤਾ ਗਿਆ ਕਲੱਬ ਕਰਕੇ ਇੱਕੋ ਬੱਸ ਚਲਾਈ ਗਈ ਇੱਥੋਂ ਤੱਕ ਕਿ ਕਈ ਬੱਸਾਂ ਜਿਹੜੀਆਂ ਆ ਸਾਡੇ ਅੰਮ੍ਰਿਤਸਰ ਜਲੰਧਰ ਰਿਸਟਡ ਸਨ ਉਹਨਾਂ ਨੂੰ ਗਲਤ ਤਰੀਕੇ ਨਾਲ ਇੱਥੇ ਲਿਆ ਕੇ ਆਟਕੇ ਫਰੀਦਕੋਟ ਕੋਲ ਉੱਥੇ ਇਹ ਜ਼ਿਆਦਾ ਕੰਮ ਹੋਇਆ 2007 ਤੋਂ ਲੈ ਕੇ 2017 ਤੱਕ ਜਦੋਂ ਅਕਾਲੀ ਦਲ ਦੀ ਗਵਰਨਮੈਂਟ ਰਹੀ ਉਹਦੇ ਬਾਅਦ ਫਿਰ ਇਹ ਵੱਡੇ ਪੱਧਰ ਤੇ ਜਿਹੜਾ ਗੋਲਮਾਲ ਕੀਤਾ ਗਿਆ 2017 ਤੋਂ ਲੈ ਕੇ 2022 ਤੱਕ ਗਲਤ ਤਰੀਕੇ ਨਾਲ ਇਸੇ ਤਰ੍ਹਾਂ ਹੀ ਇਹ ਹੌਲੀ-ਹੌਲੀ ਕਰਕੇ 600 ਦੇ ਕਰੀਬ ਪਰਮਿਟ ਜਿਹੜੇ ਆ ਇਹ ਕਲਬਿੰਗ ਕਰਕੇ ਐਕਸਟੈਂਸ਼ਨਾਂ ਦੇ ਦੇ ਕੇ ਜਿਹੜੇ ਕਿ ਕਈ ਇੱਕ ਤੇ ਚੀਜ਼ ਹੁੰਦੀ ਨਾ ਕੋਈ ਸਿਰ ਪੈਰ ਹੋਵੇ ਇਹਨਾਂ ਪਰਮਟਾਂ ਦਾ ਕੋਈ ਸਿਰ ਪੈਰ ਵੀ ਨਹੀਂ ਸੀ ਤੇ ਗਲਤ ਤਰੀਕੇ ਨਾਲ ਪਰਮਟ ਦੇ ਕੇ ਉਹਨਾਂ ਨੂੰ ਐਕਸਟੈਂਸ਼ਨਾਂ ਦੇ ਦੇ ਕੇ ਉਹਦੇ ਬਾਅਦ ਕਲੱਬ ਕਰਕੇ ਪਰਮਟ ਚਲਾਏ ਗਏ ਜਿਹਦੇ ਨਾਲ ਲੋਕਾਂ ਨੂੰ ਤੇ ਸਰਕਾਰ ਨੂੰ ਕਰੋੜਾਂ ਰੁਪਈਆਂ ਦਾ ਚੂਨਾ ਲਾਇਆ ਗਿਆ ਤੇ ਇਹ ਇਹ ਕਿਹੜੇ ਟਰਾਂਸਪੋਰਟਰ ਸੀਗੇ ਇਹ ਕਿਸੇ ਸਿਆਸੀ ਪਾਰਟੀ ਨਾਲ ਤਾਲੁਕ ਰੱਖਦੇ ਸੀਗੇ ਜਾਂ ਪ੍ਰਾਈਵੇਟ ਟਰਾਂਸਪੋਰਟਰ ਸੀ ਕੋਣ ਸੀਗੇ ਵੇਖੋ ਤੁਹਾਨੂੰ ਪਤਾ ਹੀ ਹੈ ਡੱਬ ਵਾਲੀ ਆਰਬਿਟ ਇਹ ਕਿੰਨਾਂ ਦੀਆਂ ਟਰਾਂਸਪੋਰਟਾਂ ਰਾਜਗੁਰੂ ਇਹ ਟਰਾਂਸਪੋਰਟਾਂ ਜਿਹੜੇ ਪਹਿਲੇ ਸਮੇਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਰਹੇ ਆ ਇਹਨਾਂ ਦੀ ਸਤਾਰੀ ਆ ਉਹਦੇ ਵਿੱਚ ਇਹਨਾਂ ਨੇ ਕਈ ਹੋਟ ਟ੍ਰਾਂਸਪੋਰਟਰ ਵੀ ਰਲਾਏ ਸੀ ਜਿਨ੍ਹਾਂ ਨੂੰ 1-1 2-2 ਪਰਮਿਟ ਜਿਹੜੇ ਕਲੱਬ ਕਰਕੇ ਦਿੱਤੇ ਵੀ ਇਹ ਸਾਡੇ ਨਾਲ ਰਲੇ ਰਹਿਣਗੇ ਤੇ ਰੋਲਾ ਨਾ ਪਾਉਣਗੇ ਪਰ ਅੱਜ ਇਹ ਜਿਹੜੇ ਪਰਮਿਟ ਰੱਦ ਹੋਏ ਆ 600 ਦੇ ਕਰੀਬ ਇਹਨਾਂ ਦੇ ਰੱਦ ਹੋਣ ਦੇ ਵਿੱਚ ਉਹਨਾਂ ਦੇ ਵੀ 1-1 2-2 ਆ ਗਏ ਜਿਹੜੇ ਦੂਜੇ ਟ੍ਰਾਂਸਪੋਰਟਰ ਜਿਨ੍ਹਾਂ ਨੂੰ ਇਹਨਾਂ ਨਾਲ ਰਲਾਇਆ ਹੈ ਉਹ ਬੰਦੇ ਖੁਸ਼ ਨੇ ਉਹ ਕਹਿੰਦੇ ਸਾਨੂੰ ਕੋਈ ਘਾਟਾ ਨਹੀਂ ਪਿਆ ਇਹਨਾਂ ਦੇ ਇੱਕ ਇੱਕ ਘਰ ਦਾ 50 50 100 100 ਬਸਾਂ ਨੇ ਇਹ ਚੱਲਦੀਆਂ ਸੀ ਤੇ ਸਾਡੇ ਜਿਹੜੇ ਇੱਕ ਇੱਕ ਦੋ ਦੋ ਹੋਏ ਆ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਸਾਡੀਆਂ ਦੁੱਧੀਆਂ ਜਿਹੜੀਆਂ ਟਰਾਂਸਪੋਰਟ ਦੀਆਂ ਬੱਸਾਂ ਨੇ ਉਹ ਰਿਵਾਈਵ ਹੋਣਗੀਆਂ ਉਹਨਾਂ ਨੂੰ ਮੁਨਾਫਾ ਆਊਗਾ ਇਹ ਬੱਸਾਂ ਬੰਦ ਹੋਣ ਦੇ ਨਾਲ ਛੋਟਾ ਟਰਾਂਸਪੋਰਟ ਬਾਜੂ ਟਰਾਂਸਪੋਰਟਰ ਬਾਜੂਗਾ ਛੋਟੇ ਟਰਾਂਸਪੋਰਟਰ ਨੂੰ ਜਿਹੜਾ ਰੋਡ ਤੇ ਚੱਲਣ ਦੀ ਜਿਹੜੀ ਅੱਗੇ ਮਨਾਹੀ ਹੀ ਇਹਨਾਂ ਨੂੰ ਉਹ ਮਨਾਹੀ ਖਤਮ ਹੋ ਜਾਊਗੀ ਸੁਖਵੀਰ ਸਿੰਘ ਬਾਦਲ ਹੋਰਾਂ ਦੀਆਂ ਜਾਂ ਉਹਨਾਂ ਦੇ ਨਜ਼ਦੀਕੀਆਂ ਦੀ ਕਿੰਨੀਆਂ ਬੱਸਾਂ ਸੀਗੀਆਂ ਜਿਨ੍ਹਾਂ ਦੇ ਪਰਮਿਟ ਰੱਦ ਕੀਤੇ ਗਏ ਉਹ ਕਿਹੜੇ ਰੂਟ ਤੇ ਚਲਦੀਆਂ ਸੀ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਜਿੰਨੇ ਰੂਟ ਚੱਲਦੇ ਆ 30% ਤੋਂ ਵੱਧ ਉਹਨਾਂ ਦੇ ਰੂਟ ਜਿਹੜੇ ਖਤਮ ਹੋ ਜਾਣੇ ਆ 30% ਜਿਹੜੀਆਂ ਉਹਨਾਂ ਦੀਆਂ 600 ਦੇ ਵਿੱਚੋਂ ਇਹਨਾਂ ਦੇ ਜਿਹੜਾ 30% ਤੇ 30% ਇਹਨਾਂ ਦੀ ਜਿਹੜੀ ਟਰਾਂਸਪੋਰਟ ਆ ਇਲੀਗਲ ਚੱਲ ਰਹੀ ਹੈ ਇਲੀਗਲ ਜਿਹੜੀ ਨਜਾਇਜ਼ ਤੌਰ ਤੇ ਚੱਲ ਰਹੀ ਸੀ ਉਹਦੇ ਬਾਅਦ ਇਹਨਾਂ ਦਾ ਕਾਰੋਬਾਰ ਵੇਖਦਾ ਸੀ ਲੱਖੀ ਅੱਜ ਉਹ ਇਹਨਾਂ ਨਾਲੋਂ ਵੀ ਵੱਡਾ ਟਰਾਂਸਪੋਰਟਰ ਬਣ ਗਿਆ ਉਹਦੀਆਂ ਵੀ ਘੱਟ ਤੋਂ ਘੱਟ ਜਿਹੜੀਆਂ 40% ਤੋਂ ਵੱਧ ਜਿਹੜੀਆਂ ਬੱਸਾਂ ਉਹਦੀਆਂ ਖੜ ਜਣੀਆਂ 40% ਤੋਂ ਵੱਧ ਜਿਹੜੇ ਰੂਟ ਉਹਦੇ ਬੰਦ ਹੋ ਜਾਣੇ ਆ ਨਜਾਇਜ਼ ਪਰਮਿਟ ਬੰਦ ਹੋਣ ਨਾਲ ਇਹ ਤੁਸੀਂ ਕਹਿ ਰਹੇ ਹੋ ਜਿਹੜੇ ਇਲੀਗਲ ਤੌਰ ਤੇ ਬੱਸਾਂ ਚੱਲ ਰਹੀਆਂ ਸੀ ਇਹਨਾਂ ਦੇ ਪਰਮਿਟ ਰੱਦ ਹੋਣਾ ਇਹ ਇਹ ਸਾਰੀਆਂ ਬੱਸਾਂ ਨਹੀਂ ਚੱਲ ਸਕਣਗੀਆਂ 600 ਦੇ ਕਰੀਬ ਬਿਲਕੁਲ ਇਹ ਸਾਰੀਆਂ ਬੱਸਾਂ ਬੰਦ ਹੋਣਗੀਆਂ ਤੇ ਉਹਦੇ ਬਾਅਦ ਅਸੀਂ ਜਿਹੜੇ ਬੇਰਜ਼ਗਾਰ ਨੌਜਵਾਨ ਨੇ ਜਿਵੇਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਪਹਿਲਾਂ ਵੀ ਇਹ ਨਾਰਾ ਦਿੱਤਾ ਸੀ ਪੀਐਸ ਜਿਹੜੇ ਪਰਮਟ ਆ ਬੇਰਜ਼ਗਾਰ ਨੌਜਵਾਨਾਂ ਨੂੰ ਦਵਾਂਗੇ ਛੋਟੇ ਟਰਾਂਸਪੋਰਟਰ ਅੱਗੇ ਆਉਣਗੇ ਉਹਨਾਂ ਨੂੰ ਮੁਨਾਫਾ ਹੋਊਗਾ ਤੇ ਜਿਹੜੇ ਨਜਾਇਜ਼ ਪਰਵਟ ਚੱਲਦੇ ਸੀ ਨਜਾਇਜ਼ ਪੱਸਾ ਚੱਲਦੀਆਂ ਸੀ ਉਹ ਬੰਦ ਹੋਣਗੀਆਂ ਇੱਕ ਹੋਰ ਤੁਸੀਂ ਵੇਖਿਆ ਨਾ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹਣਾ ਵੀ ਆਪਾਂ 22 ਤੋਂ ਪਿੱਛੇ ਨੂੰ ਵੇਖ ਲਈਏ ਜਦੋਂ ਅਕਾਲੀ ਦਲ ਕਾਂਗਰਸ ਦੀ ਗਵਰਨਮੈਂਟ ਹੀ ਰੋਡ ਦੇ ਉੱਤੇ ਸੜਕਾਂ ਦੇ ਉੱਤੇ ਪ੍ਰਾਈਵੇਟ ਘਰਾਣਿਆਂ ਦੀਆਂ ਬੱਸਾਂ ਧੜਾ ਧੜ ਚੱਲਦੀਆਂ ਸੀ ਹਰਲ ਹਰਲ ਕਰਦੀਆਂ ਫਿਰਦੀਆਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣੀ ਆ ਉਦੋਂ ਦੀਆਂ ਪ੍ਰਾਈਵੇਟ ਬੱਸਾਂ ਦੀ ਰੋਡਵੇਜ ਦੀ ਗਿਣਤੀ ਪੰਨ ਬੱਸ ਦੀ ਪੀਆਰਟੀਸੀ ਦੀ ਗਿਣਤੀ ਵੱਧ ਗਈ ਆ ਪ੍ਰਾਈਵੇਟ ਬੱਸਾਂ ਉਦੋਂ ਦੀਆਂ ਘਟ ਗਈਆਂ ਤੁਸੀਂ ਕਹਿ ਰਹੇ ਹੋ 30% ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ ਬੱਸਾਂ 40% ਲੱਖੀ ਹੋਰਾਂ ਦੀਆਂ ਬੱਸਾਂ ਨੇ ਕੋਈ ਹੋਰ ਸਿਆਸੀ ਪਾਰਟੀਆਂ ਵੀ ਨੇ ਜਿਨ੍ਹਾਂ ਦੇ ਇਹ ਇਲੈਗਲ ਚਲਾ ਰਹੇ ਸੀਗੇ ਜਾਂ ਸਿਰਫ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਪਰਿਵਾਰ ਦੀ ਚਲਾ ਦੇਖੋ ਕੱਲੇ ਨਹੀਂ ਹੋਰ ਵੀ ਜਿਹੜੇ ਇਹਨਾਂ ਦੇ ਸੰਗੀ ਸਾਥੀ ਉਹਨਾਂ ਦੀਆਂ ਵੀ ਬੱਸਾਂ ਟਰਾਂਸਪੋਰਟ ਸੀ ਨਾਲ ਕਈ ਜਿਹੜੇ ਨਾਨ ਪੋਲੀਟੀਕਲ ਬੰਦੇ ਆ ਕਾਂਗਰਸ ਦੇ ਸੀਗੇ ਲੀਡਰ ਕੋਈ ਬਿਲਕੁਲ ਇਹ ਕਈ ਨਾਨ ਪੋਲੀਟੀਕਲ ਬੰਦੇ ਕਾਂਗਰਸ ਦੇ ਕਿਹੜੇ ਲੀਡਰ ਨੇ ਜਾਂ ਕਾਂਗਰਸ ਦੇ ਕਿਹੜੇ ਜਲੰਧਰ ਵਾਲੇ ਪਾਸੋਂ ਤੋਂ ਕਿੱਥੋਂ ਦੇ ਜਲੰਧਰ ਵਾਲੇ ਪਾਸੇ ਤੋਂ ਉਹਨਾਂ ਦੇ ਤੇ ਚਲੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਉਹਨਾਂ ਦੇ ਇੱਕ ਇੱਕ ਦੋ ਦੋ ਤਿੰਨ ਤਿੰਨ ਪਰਮਿਟ ਆ ਵੀ ਉਹਨਾਂ ਨੂੰ ਸਿਰਫ ਨਾਲ ਰੱਖਣ ਨੂੰ ਵੀ ਕੋਈ ਨਾਲ ਆਪਾਂ ਸੰਗੀ ਸਾਥੀ ਬਣਾ ਲਈਏ ਬਹੁਤਾ ਵੱਡਾ ਗੋਲਮਾਲ ਇਨਾ ਹੀ ਕੀਤਾ ਸੀ ਬਾਕੀ ਵਿੱਚ ਕਈ ਨਾਨ ਪੋਲੀਟিক্যাল ਬੰਦੇ ਵੀ ਆ ਜੁਝਾਰ ਬੱਸ ਵੀ ਆਉਂਦੀ ਆ ਹੋਰ ਵੀ ਕਈ ਬੱਸਾਂ ਆਉਂਦੀਆਂ ਬਾਕੀ ਇਹਦੇ ਚਾਰਜ ਜੁਝਾਰ ਕਿੰਨਾ ਦੀ ਉਹ ਵੀ ਅਕਾਲੀ ਦਲ ਨਾਲ ਸਬੰਧਤ ਨੇ ਬੰਦੇ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਜਿਆਦਾ ਗੋਲਮਾਲ ਕੀਤਾ ਸੁਖਵੀਰ ਸਿੰਘ ਬਾਦਲ ਖੜੀ ਕਹਿੰਦੇ ਕਿ ਮੈਂ ਕਾਰੋਬਾਰ ਕਰਦਾ ਇਹ ਓਪਨ ਹੈ ਸਿਆਸੀ ਬਦਲਾਖੋਰੀ ਦੇ ਤਹਿਤ ਇਸ ਤਰੀਕੇ ਨਾਲ ਕਦੀ ਹੋਟਲ ਨੂੰ ਕਹਿ ਦਿੰਦੇ ਆ ਕਿ ਸੁਖਵਿਲਾ ਬੰਦ ਕਰਾਵਾਂਗੇ ਕਦੀ ਟਰਾਂਸਪੋਰਟ ਨੂੰ ਕਹਿ ਦਿੰਦੇ ਆ ਕਿ ਬੱਸਾਂ ਇਲੀਗਲ ਚੱਲ ਰਹੀਆਂ ਬੱਸਾਂ ਤਾਂ ਜਦੋਂ ਸਾਡੀ ਸਰਕਾਰ ਨਹੀਂ ਸੀ ਉਸ ਤੋਂ ਪਹਿਲਾਂ ਤੋਂ ਚੱਲ ਰਹੀਆਂ ਨੇ ਜਾਣਬੁੱਝ ਕੇ ਸਾਨੂੰ ਬਦਨਾਮ ਕਰਦੇ ਆ ਜਾਣਬੁੱਝ ਕੇ ਇਸ ਤਰੀਕੇ ਨਾਲ ਐਕਸ਼ਨ ਜਿਹੜਾ ਲਿੱਤਾ ਜਾਂਦਾ কোর্ਟ ਫਿਰ ਤੁਹਾਨੂੰ ਛਟਕਾ ਦੇ ਦਿੰਦੀ ਹੈ ਵੇਖੋ ਤੁਸੀਂ ਛੋਟੇ ਟਰਾਂਸਪੋਰਟਰ ਦੀ ਇੰਟਰਵਿਊ ਕਰੋ ਜਿਹੜੇ ਛੋਟੇ ਟਰਾਂਸਪੋਰਟਰ ਹੈ ਨਾ ਪੰਜਾਬ 'ਚ ਉਹਨਾਂ ਨੂੰ ਪੁੱਛੋ ਵੀ ਇਹ ਨਜਾਇਜ਼ ਪਰਮਿਟਸਨ ਕਿ ਲੀਗਲਸਨ ਇਹ ਬਿਲਕੁਲ ਨਜਾਇਜ਼ ਪਰਮਿਟਸਨ ਆਪਸਰਾ ਨੂੰ ਸਿਰਫ ਇਹੋ ਕਿਹਾ ਕਿ ਕਾਨੂੰਨਨ ਜੋ ਕਾਨੂੰਨਨ ਬੰਦਾ ਉਹ ਆਪਾਂ ਕਰਨਾ ਕਾਨੂੰਨ ਦੇ ਇਦੇਰੇ ਚ ਰਹਿ ਕੇ ਕਾਰਵਾਈ ਕਰਨੀ ਆ ਆਪਾਂ ਕਿਸੇ ਨੂੰ ਪੋਲਿਟਿਕਸ ਦੇ ਤੌਰ ਤੇ ਪਰੇਸ਼ਾਨੀ ਨੀ ਕਰਨਾ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਜੇ ਕਿਸੇ ਨੂੰ ਪੋਲਿਟਿਕਸ ਦੇ ਤੌਰ ਤੇ ਹੀ ਤਾਂ ਕੀਤਾ ਹੁੰਦਾ ਤੇ ਲੋਕ ਅੱਗੇ ਆ ਕੇ ਦੱਸਦੇ ਨਾ ਵੀ ਇਥੇ ਪੋਲਿਟਿਕਸ ਹੁੰਦੀ ਪਈ ਆ ਜਿਹੜਾ ਵੇਖੋ ਜਿਹਦੇ ਪੇਪਰ ਗਲਤ ਆ ਜਿਹਦੇ ਪਰਮਟ ਗਲਤ ਆ ਉਹ ਤੇ ਰੱਦ ਹੋਣੀ ਆ ਬਾਕੀ ਜਿਹੜਾ ਸਬੰਧਤ ਅਫਸਰ ਵੀ ਆ ਆਰਟੀਏ ਫਰੀਦਕੋਟ ਨੇ ਇਹ ਕੰਮ ਕੀਤਾ ਇਕੋ ਨੇ ਕੀਤਾ ਫਰੀਦਕੋਟ ਤੋਂ ਹੀ ਇਹ ਸਾਰਾ ਕਪੜਾ ਆ ਕਿੰਨੇ ਕਿੰਨੇ ਬੱਸਾਂ ਦਾ ਤੁਸੀਂ ਕਹਿ ਰਹੇ ਹੋ ਆਰਟੀਏ ਫਰੀਦਕੋਟ ਕੀਤਾ ਕੀ ਨਾਮ ਆਉਂਦਾ ਔਰ ਕੀ ਉਸ ਦੇ ਉੱਤੇ ਕੀ ਕਾਰਵਾਈ ਹੋਏਗੀ ਦੇਖੋ ਉਹ 17 ਤੋਂ ਲੈ ਕੇ 22 ਤੱਕ ਜਿਹੜਾ ਮੇਨ ਕਪੜਾ ਆ ਉਸ ਸਮੇਂ ਜਿਹੜਾ ਵੀ ਉੱਥੇ ਅਫਸਰ ਲੱਗਾ ਹੋਊਗਾ ਉਹਦੀ ਜਾਂ ਕਰਾਂਗੇ ਜਿਹੜਾ ਦੋਚੀ ਅਫਸਰ ਹੋਵੇ ਉਹਦੇ ਤੇ ਵੀ ਕਾਰਵਾਈ ਹੋਵੇਗੀ ਨਾਲ ਇਹ ਪਰਮਟ ਜਿਹੜੇ ਰੱਦ ਹੋਣਗੇ ਉਹਦੇ ਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਬਾਹਰប្រទេសਾਂ ਨੂੰ ਤੁਰੇ ਜਾਂਦੇ ਆ ਉਹ ਇੱਥੇ ਰਹਿ ਕੇ ਆਪਦੀ ਰੋਟੀ ਚਲਾਉਣਗੇ ਆਪਦਾ ਪਰਿਵਾਰ ਪਾਲਣਗੇ ਆਪਦਾ ਘਰ ਚਲਾਉਣਗੇ ਇੱਕ ਸਾਲ ਪਹਿਲਾਂ న్యూਸ 18 ਤੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਚੰਡੀਗੜ੍ਹ ਹੁਣ ਬੱਸਾਂ ਬਾਦਲ ਪਰਿਵਾਰ ਦੀਆਂ ਨਹੀਂ ਆ ਸਕਣਗੀਆਂ ਅਸੀਂ ਰੋਕਤੀਆਂ ਇਲੀਗਲ ਤਰੀਕੇ ਨਾਲ બસ ਸੈਂਟ ਤੇ ਪਹੁੰਚ ਰਹੀਆਂ ਸੀਗੀਆਂ ਔਰ ਅਸੀਂ ਬੰਦ ਕਰਾ ਦਿੱਤੀਆਂ ਲੇਕਿਨ ਜਦੋਂ ਅਸੀਂ ਟ੍ਰਾਂਸਪੋਰਟ ਮਹਿਕਮਾ ਚੰਡੀਗੜ੍ਹ ਨਾਲ ਗੱਲਬਾਤ ਕੀਤੀ ਉਹ ਅੱਜ ਵੀ ਬੱਸਾਂ ਉਸੇ ਤਰੀਕੇ ਨਾਲ ਚੱਲ ਰਹੀਆਂ ਨੇ ਕੋਰਟ ਉਸ ਵੇਲੇ ਜਿਹੜੇ ਇਹਨਾਂ ਦੇ ਨੁਮਾਇੰਦੇ ਗਏ ਉਹਨਾਂ ਨੇ ਕਿਹਾ ਕਿ ਧੱਕਾ ਕੀਤਾ ਸਰਕਾਰ ਨੇ ਔਰ ਅਜੋ ਉਸੇ ਤਰੀਕੇ ਨਾਲ ਬੱਸਾਂ ਚੱਲ ਰਹੀਆਂ ਨੇ ਫਿਰ ਇਹ ਵੀ ਹੋਏਗਾ ਕਿ ਹੁਣ ਜੋ ਤੁਸੀਂ ਕਹਿ ਰਹੇ ਹੋ 600 ਦੇ ਕਰੀਬ ਇਹ ਵੀ ਕੋਰਟ ਜਾਣਗੇ ਸਿੱਧਾ ਚੈਲੰਜ ਤੁਹਾਨੂੰ ਕਰਨਗੇ ਬੱਸਾਂ ਫਿਰ ਚੱਲਣਗੀਆਂ ਜਿਹੜੀਆਂ ਬੱਸਾਂ ਦੀ ਤੁਸੀਂ ਗੱਲ ਕਰਦੇ ਆ ਉਹ 78 ਬੱਸਾਂ ਜਿਹੜੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਚੰਡੀਗੜ੍ਹ ਦੇ ਵਿੱਚ ਐਂਟਰ ਇਹ ਕਾਨੂੰਨਨ ਤੌਰ ਤੇ ਅਸੀਂ ਆਪਦੇ ਡਿਪਾਰਟਮੈਂਟ ਤੋਂ ਕਾਰਵਾਈ ਕੀਤੀ ਉਹਨਾਂ ਤੇ ਇਹਨਾਂ ਨੇ ਕੋਈ ਝੂਠੇ ਸੱਚੇ ਪੇਪਰ ਲਾ ਕੇ ਨਾਲ ਇਹ ਵਾਲਾ ਦਿੱਤਾ ਵੀ ਜੇ ਬਸਾਂ ਬੰਦ ਹੋ ਗਈਆਂ ਤੇ ਲੋਕ ਖੱਜਲ ਹੋਣਗੇ ਲੋਕ ਚੰਡੀਗੜ ਕਿਵੇਂ ਸਫ਼ਰ ਕਰਨਗੇ ਜਿਹੜੇ ਗਰੀਬ ਲੋਕ ਆ ਉਹ ਵਾਲਾ ਦੇਣ ਕਰਕੇ ਮਾਨ ਜੋ ਹਾਈ ਕੋਰਟ ਨੇ ਸਿਰਫ ਇਹਨਾਂ ਨੂੰ ਥੋੜੇ ਇਨਾ ਦੀ ਰਾਤ ਦਿੱਤੀ ਆ ਨਾਲ ਸਾਡੇ ਡਿਪਾਰਟਮੈਂਟ ਨੂੰ ਸੱਦਿਆ ਗਿਆ ਪੁੱਛਿਆ ਵੀ ਤੁਹਾਡੇ ਕੋਲ ਇਹਨਾਂ ਬੱਸਾਂ ਦੇ ਬੰਦ ਹੋਣ ਤੋਂ ਬਾਅਦ ਤੁਹਾਡੇ ਕੋਲ ਬੱਸਾਂ ਹੈਗੀਆਂ ਤੁਹਾਡੇ ਕੋਲ ਪਰਮਿਟ ਹੈਗੇ ਆ ਉਹ ਅਸੀਂ ਆਪਦਾ ਸਾਰਾ ਜਿਹੜਾ ਹੋਮਵਰਕ ਹੈ ਉਹ ਕੀਤਾ ਆ ਅਫਸਰ ਅਗਲੀ ਤਰੀਕ ਤੇ ਪੇਸ਼ ਕਰਨਗੇ ਉਹ ਵੀ ਬੱਸਾਂ ਜਿਹੜੀਆਂ ਮਾਨਜੋ ਹਾਈ ਕੋਰਟ ਤੋਂ ਏ ਸਟੇ ਲੈ ਕੇ ਆਏ ਨਾ ਕੁ ਸਮੇਂ ਦਾ ਉਹ ਵੀ ਪਰਮਟ ਰੱਦ ਹੋਣਗੇ ਉਹ ਬੱਸਾਂ ਬੰਦ ਹੋਣਗੀਆਂ ਸਾਡੀ ਪਰ ਤੁਸੀਂ ਕਹਿ ਰਹੇ ਹੋ ਦੁਬਾਰਾ ਬੰਦ ਹੋਣਗੀਆਂ ਬਿਲਕੁਲ ਉਹ ਬੰਦ ਹੋਣ ਗਈਆਂ ਜਿਹੜੇ ਲੋਕ ਖੱਜਲ ਹੁੰਦੇ ਸੀ ਜਿਹੜੇ ਮੁਹਾਲੀ ਉਤਰ ਜਾਂਦੇ ਸੀਗੇ ਉਹ 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 ਤੇ ਪਰੇਸ਼ਾਨ ਹੋਣਗੇ ਦੇਖੋ ਨਹੀਂ ਚੰਡੀਗੜ੍ਹ ਤੇ ਬੱਸਾਂ ਆਉਣਗੀਆਂ ਅਸੀਂ ਆਪਣੀਆਂ ਬੱਸਾਂ ਸਾਡੀਆਂ ਪੀ ਆਰਟੀਸੀ ਪੰਨ ਬੱਸ ਪੰਜਾਬ ਰੋਡਵੇਜ ਦੀਆਂ ਬੱਸਾਂ ਚੰਡੀਗੜ੍ਹ ਨੂੰ ਆਉਣਗੀਆਂ ਸਾਡੀਆਂ ਆਪਣੀਆਂ ਬੱਸਾਂ ਹੈਗੀਆਂ ਤੇ ਪਰਮਟ ਹੈਗੀਆਂ ਉਹਦੇ ਬਾਅਦ ਜਿਹੜੇ ਇਹ 600 ਪਰਮਟ ਆ ਇਹ ਜੇ ਮਾਨਜੋਗ ਹਾਈ ਕੋਰਟ 'ਚ ਜਾਂਦੇ ਵੀ ਹਨ ਨਾ ਇਹ ਬੰਦੇ ਇਹ ਪਹਿਲੀ ਤਰੀਕ ਤੇ ਹੀ ਰੱਦ ਹੋਣਗੇ ਕਿਉਂਕਿ ਇਹ ਪਰਮਟ ਕਿਤੇ ਹੈਗੇ ਨਹੀਂ ਇਹਨਾਂ ਪਰਮਟਾਂ ਦਾ ਕੋਈ ਇਹ ਬਿਲਕੁਲ ਇਲੀਗਲ ਨਜਾਇਜ਼ ਢੰਗ ਨਾਲ ਪਰਮਿਟ ਪੈਦਾ ਕੀਤੀ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਇਹ 600 ਦੇ ਕਰੀਬ ਤੁਸੀਂ ਰੱਦ ਕੀਤੇ ਐ 40 50 ਕਿਲੋਮੀਟਰ ਜੇ ਫਰੀਦਕੋਟ ਵਾਲੇ ਪਾਸੋਂ ਜਾਂ ਅਬੋੜ ਵਾਲੇ ਪਾਸੋਂ ਜਾਂ ਫਾਇਲਕਾ ਵਾਲੇ ਪਾਸੋਂ 50 ਕਿਲੋਮੀਟਰ ਦਾ ਸੀਗਾ ਜਾਂ ਉਹਨੂੰ ਐਕਸਟੈਂਡ ਕਰਕੇ 80 ਕੀਤਾ ਫਿਰ 100 ਕੀਤਾ 120 ਕੀਤਾ ਇਦਾਂ ਲੁਧਿਆਣੇ ਵਾਲੇ ਪਾਸੋਂ ਮੋਗੇ ਤੱਕ ਲਗੇ ਮੋਗੇ ਤੋਂ ਫਿਰੋਜਪੁਰ ਤੱਕ ਲੈ ਕੇ ਗਏ ਦੋ ਪਰਮਿਟ ਸੀਗੇ ਉਹਨਾਂ ਨੂੰ ਬਾਅਦ ਵਿੱਚ ਇਕੱਠਾ ਕਰ ਦਿੱਤਾ ਔਰ ਇੱਕ ਹੀ ਪਰਮਿਟ ਬਣਾ ਕੇ ਇੱਕੋ বাস ਚਲਾ ਦਿੱਤੀ ਇੱਕੋ বাস ਚਲਾਤੀ ਇਹ 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 ਲੀਗਲ ਹੋ ਨਹੀਂ ਸਕਦਾ ਇੰਦਾ ਨਾ ਇਹ ਬਿਲਕੁਲ ਇਹ ਜੇ ਕੋਈ ਆਪਾਂ ਐਕਸਟੈਂਸ਼ਨ ਲੈਣੇ ਆ ਨਾ ਇੱਕ ਪਰਮਿਟ ਤੇ ਸਿਰਫ ਇੱਕ ਵਾਰ 25 ਕਿਲੋਮੀਟਰ ਦੀ ਮਿਲਦੀ ਆ ਇਹਨਾਂ ਨੇ ਇੱਕ ਪਰਮਿਟ ਤੇ ਪਹਿਲਾਂ 25 ਕਿਲੋਮੀਟਰ ਇੱਕ ਵਾਰ ਲਈ ਫਿਰ ਦੂਜੀ ਵਾਰ 25 ਕਿਲੋਮੀਟਰ ਲਈ ਫਿਰ ਤੀਜੀ ਵਾਰ 25 ਕਿਲੋਮੀਟਰ ਲਈ ਤੇ ਜਿਹੜੀ ਦੂਜੀ ਬਾਸ ਆ ਉਹਦੇ ਤੇ ਵੀ ਇਤਨਾ ਹੀ ਕੀਤਾ ਗਿਆ 25 ਕਿਲੋਮੀਟਰ ਕਰਾਂ ਵਧਾਇਆ 25 ਦੋ ਵਾਰਾਂ 25 ਤਿੰਨ ਵਾਰ ਫਿਰ ਉਹਦੇ ਬਾਅਦ ਉਹਨਾਂ ਦੋ ਪਰਮਟਾਂ ਦਾ ਜਦੋਂ ਮੇਲ ਹੋਇਆ ਮੋਗੇ ਹੋਇਆ ਜਾਂ ਲੁਧਿਆਣੇ ਮੇਲ ਹੋਇਆ ਉਹਨਾਂ ਨੂੰ ਇੱਕ ਕਰਤਾ ਕਲੱਬਿੰਗ ਕਰਤਾ ਕਲੱਬਿੰਗ ਕਰਕੇ ਉਹ ਜਾਂ ਉੱਥੋਂ ਚੱਲਣੀਆਂ ਸਨ 5-6 ਬੱਸਾਂ 5-6 ਬੱਸਾਂ ਤੇ ਪੰਜ ਹੀ ਆਪਣੇ ਡਰਾਈਵਰ ਤੇ ਪੰਜ ਹੀ ਕੰਡਕਟਰ ਤੇ ਹੋਰ ਵੀ ਲੋਕਾਂ ਨੇ ਕਈਆਂ ਦਾ ਰੋਜ਼ਗਾਰ ਚਲਣਾ ਸੀ ਉਹ ਇਹਨਾਂ ਨੇ ਗਰੀਬਾਂ ਦਾ ਹੱਕ ਖੋਇਆ ਛੋਟੇ ਟਰਾਂਸਪੋਰਟਰਾਂ ਦਾ ਹੱਕ ਖੋਇਆ ਤੇ ਵੱਡੇ ਟਰਾਂਸਪੋਰਟਰਾਂ ਨੇ ਇੱਕੋ バス ਚਲਾਤੀ ਤੇ ਰੂਟ ਕੱਲਾ ਫਰੀਦਕੋਟ ਫਿਰੋਜ਼ਪੁਰੋ ਬੋਹਰ ਵਾਲਾ ਹੀ ਸੀਗਾ ਜਾਂ ਬਠਿੰਡਾ ਸੰਗਰੂਰ ਪਟਿਆਲੇ ਵਾਲਾ ਵੀ ਸੀਗਾ ਜਾਂ ਅੰਮ੍ਰਿਤਸਰ ਤੋਂ ਲੈ ਕੇ ਅੰਬਾਲੇ ਤੱਕ ਦਾ ਰੂਟ ਵੀ ਸੀਗਾ ਬਠਿੰਡੇ ਸੰਗਰੂਰ ਪਟਿਆਲੇ ਵਾਲਾ ਵੀ ਨਾਲ ਫਾਜ਼ਲਕਾ ਤੋਂ ਜਿਹੜਾ ਆਪਣਾ ਮੋਗਾ ਫਿਰੋਜਪੁਰ ਲੁਧਿਆਣਾ ਇਹ ਚੰਡੀਗੜ੍ਹ ਨੂੰ ਉਹ ਵੀ ਰੂਟ ਹੀ ਜਿੱਥੇ ਵੀ ਇਹਨਾਂ ਕੋਲ ਦਾ ਲੱਗਾ ਇਹਨਾਂ ਨੇ ਉੱਥੇ ਹੀ ਪਰਮਿੰਟ ਕਲੱਬ ਕਰਕੇ ਤੇ ਆਪਦਾ ਕੰਮ ਚਲਾ ਲਿਆ ਇਹ ਜੁਝਾਰ ਰਾਜਗੁਰੂ ਔਰ ਡੱਬ ਵਾਲੀ ਇਹ ਕਿਹੜੀ ਇਹ ਸਾਰੀਆਂ ਜ਼ਿਆਦਾਤਰ ਬੱਸਾਂ ਇਹਨਾਂ ਦੀਆਂ ਜ਼ਿਆਦਾਤਰ ਇਹ ਬੱਸਾਂ ਤੇ ਵੱਡਿਆਂ ਪਰਿਵਾਰਾਂ ਦੀਆਂ ਰਸੂਖਦਾਰਾਂ ਦੀਆਂ ਬੱਸਾਂ ਇਹ ਕੋਈ ਇਹ ਨਹੀਂ ਵੀ ਕੋਈ ਪੋਲਿਟਿਕਸ ਹੋਈ ਆ ਇਹ ਬਿਲਕੁਲ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਰਵਾਈ ਕੀਤੀ ਆ ਤੇ ਪਹਿਲਾਂ ਹੀ ਅਧਿਕਾਰੀਆਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਆਦੇਸ਼ ਨੇ ਕਿ ਕਿਸੇ ਤੇ ਪੋਲਿਟਿਕਸ ਦੇ ਤੌਰ ਤੇ ਕਿਸੇ ਤੇ ਕਾਰਵਾਈ ਨਹੀਂ ਕਰਨੀ ਕੋਈ ਕਿਹੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਕਿਸੇ ਦਾ ਨਾਂ ਪਿਛੇ ਧੱਕਾ ਕੀਤਾ ਨਾ ਗਾਹ ਹੋਵੇਗਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਾਰਵਾਈ ਹੋਊਗੀ